ਮੀਟਿੰਗ ਸੀਗੀ ਲੋਕ ਜਾਂਦੇ ਰੇਲਵੇ ਲੈ ਕੇ ਕੀ ਰਿਹਾ ਜੀ ਜੀ ਥੋੜ੍ਹੇ ਨੀਚੇ ਤੱਕ ਮੀਟਿੰਗ ਦੇ ਵਿੱਚ ਜੋ ਰੇਲਵੇ ਦੇ ਨਾਲ ਮੁੱਦੇ ਸੀ ਉਸ ਰੇਲਵੇ ਫਾਟਕ ਜਿਹਨਾਂ 'ਤੇ ਫਲਾਈਓਵਰ ਬਣਨ ਵਾਲੇ ਆ ਅੰਡਰਬ੍ਰਿਜ ਬਣਨ ਵਾਲੇ ਆ ਉਹਦੇ ਨਾਲ ਕੁਛ ਗੱਡੀਆਂ ਜਿਹੜੀਆਂ ਕਰੋਨਾ ਦੇ ਵਿੱਚ ਬੰਦ ਹੋ ਗਈਆਂ ਸੀ ਉਹਨਾਂ ਨੂੰ ਚਾਲੂ ਕੀਤਾ ਜਾਵੇ ਜਾਂ ਉਹਨਾਂ ਨੂੰ ਕੁਛ ਗੱਡੀਆਂ ਰੁਕਦੀਆਂ ਨਹੀਂ ਸੀ ਉਹਨਾਂ ਬਾਰੇ ਕੁਛ ਜਿਹੜੇ ਹੈਗੇ ਆ ਬ੍ਰਿਜ ਜਿਹੜੇ ਰੇਲਵੇ ਦੇ ਆ ਜਿਹਨਾਂ ਥੱਲੇ ਸ਼ਲਟ ਜੰਮੀ ਆ ਉਹਨਾਂ ਨੂੰ ਮੁੱਦਾ ਸੀਗਾ ਕਿ ਉਹ ਨਜਾਇਜ਼ ਕਬਜ਼ੇ ਛੁਡਵਾਏ ਜਾਣ ਉਹਦੇ ਨਾਲ ਨਾਲ ਕੁਛ ਜਿਹੜੇ ਸੀਗੇ ਕਿ ਜਿਹੜੀ ਸਾਫ਼ ਸਫਾਈ ਜਿਹੜੀ ਆ ਸਟੇਸ਼ਨਾਂ ਦੇ ਉੱਤੇ ਉਹ ਉਹਦਾ ਮੁੱਦਾ ਸੀ ਕੁਛ ਜਿਹੜੇ ਹੈਗੇ ਆ ਜਿਹੜੇ ਆਪਣੇ ਗੰਦੇ ਪਾਣੀ ਅਤੇ ਉਹਨਾਂ ਦੀ ਸੋਲਿਡ ਵੇਸਟ ਦਾ ਪ੍ਰਬੰਧ ਜਿਹੜਾ ਹੈਗਾ ਉਹ ਵੀ ਕਿਸੇ ਸਟੇਸ਼ਨ ਦੇ ਉੱਤੇ ਨਹੀਂ ਸੀ ਅਤੇ ਵੱਖ ਵੱਖ ਮੁੱਦੇ ਸੀਗੇ ਉਹ ਜਿਹੜੇ ਹੈਗੇ ਉਠਾਏ ਆ ਤਾਂ ਕਿ ਜਿਹੜੇ ਸਮੱਸਿਆ ਲੋਕਾਂ ਨੂੰ ਆ ਰਹੀਆਂ ਯਾਤਰੀਆਂ ਨੂੰ ਆ ਰਹੀਆਂ ਆਮ ਜਨਤਾ ਨੂੰ ਆ ਰਹੀਆਂ ਉਹਨਾਂ ਦਾ ਹੱਲ ਪਾਣੀ ਦੇ ਮੁੱਦੇ ਤੁਸੀਂ ਲਗਾਤਾਰ ਚੱਕਦੇ ਜੀ ਅੱਜ ਵੀ ਇਹ ਮੁੱਦਾ ਚੱਕਿਆ ਅੱਜ ਦੇ ਮੁੱਦੇ ਤੋਂ ਲੱਗਦਾ ਵੀ ਪਾਣੀ ਦੀ ਸਮੱਸਿਆ ਹੱਲ ਹੋਏਗੀ ਜੋ ਮੁੱਦੇ ਲੰਬੇ ਸਮੇਂ ਤੋਂ ਕੋਈ ਵੀ ਚੀਜ਼ ਹੈ ਆਪਣਾ ਜਿੱਥੇ ਵੀ ਸਾਨੂੰ ਮਨ 'ਚ ਮਿਲਦਾ ਜਿਹੜੀ ਗੱਲ ਦਾ ਉਹ ਅਸੀਂ ਮੁੱਦੇ ਉਠਾਉਣਾ ਸਾਡੀ ਡਿਊਟੀ ਬਣਦੀ ਹੈ ਉਹ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਾ ਉਹ ਹੱਲ ਹੁੰਦੇ ਜੇ ਨਹੀਂ ਹੁੰਦੇ ਤਾਂ ਉਹਨਾਂ ਨੂੰ ਵਾਰ ਵਾਰ ਉਹਨਾਂ ਨੂੰ ਰਿਪੀਟ ਕਰਨਾ ਉਹਨਾਂ ਦੇ ਉੱਤੇ ਦ੍ਰਿੜਤਾ ਦੇ ਨਾਲ ਆਪਣਾ ਜਿਹੜਾ ਹੈਗਾ ਪੱਖ ਰੱਖਣਾ ਸੋ ਉਹਦੇ ਵਾਸਤੇ ਆਪਾਂ ਯਤਨ ਕਰ ਰਹੇ ਹਾਂ ਬਾਕੀ ਲੋਕਾਂ ਦੇ ਸਹਿਯੋਗ ਦੀ ਲੋੜ ਆ ਅਤੇ ਲੋਕਾਂ ਦੇ ਜਿਹੜਾ ਪ੍ਰੈਸ਼ਰ ਆ ਉਹ ਸਰਕਾਰਾਂ ਨੂੰ ਅਤੇ ਸਿਸਟਮ ਨੂੰ ਆਪਣੇ ਆਪ ਕੰਮ ਕਰਨ ਲਾ ਦਿੰਦਾ ਜੇ ਲੋਕਾਂ ਦਾ ਸਹਿਯੋਗ ਹੋਵੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਮੁੱਦੇ ਹੱਲ ਹੋਣ ਨਹੀਂ ਅਸੀਂ ਆਪਣੇ ਏਰੀਏ ਦੀ ਸਾਨੂੰ ਦੱਸਿਆ ਜਿਹੜੀ ਹੈਗੀ ਅਸੀਂ ਦੱਸਿਆ ਸੁਲਤਾਨਪੁਰ ਲੋਧੀ ਦੇ ਉੱਤੇ ਜਿਹੜੇ 550 ਸਾਲਾਂ ਦੇ ਉੱਤੇ ਜਿਹੜੇ ਸੀਗੇ ਬਣੇ ਹੋਏ ਕਵਰ ਕਰਨ ਲਈ ਸਟੇਸ਼ਨ ਉਹ ਸਾਰੇ ਜਿਹੜੇ ਸੀਗੇ ਚੱਕ ਲੈ ਸਾਡੇ ਉਹਨਾਂ ਨੂੰ ਦੁਬਾਰਾ ਲਾਉਣ ਦੇ ਵਾਸਤੇ ਉਹਦੀ ਸਾਫ਼ ਸਫਾਈ ਦਾ ਮੁੱਦਾ ਫਿਰ ਉੱਥੇ ਦੇ ਸੋਲਿਡ ਵੇਸਟ ਦੇ ਲਿਕੁਡ ਵੇਸਟ ਦਾ ਮੁੱਦਾ ਫਿਰ ਲੋਹੀਆਂ ਅੰਡਰ ਬ੍ਰਿਜ ਦਾ ਓਵਰ ਬ੍ਰਿਜ ਦਾ ਮੁੱਦਾ ਜਿਹੜਾ ਸੀਗਾ ਉਹ ਸੀਗੇ ਫਿਰ ਗਿੱਦੜ ਪਿੰਡੀ ਵਾਲਾ ਪੁਲ ਜਿਹੜੀ ਹੈ ਜਿਹਦੇ ਕਰਕੇ 19 ਦੇ ਵਿੱਚ ਹੜ੍ਹ ਆਇਆ ਜਿਹਦੇ ਨਾਲ 1200 ਕਰੋੜ ਰੁਪਈਆ ਸਰਕਾਰ ਦੇ ਉੱਤੇ ਬੋਝ ਪਿਆ ਜ਼ਿਮੀਂਦਾਰ ਦਾ ਅਤੇ ਅਰਬਾਂ ਦਾ ਨੁਕਸਾਨ ਹੋਇਆ ਸੋ ਉਹ ਉਹਦੇ ਉਹ ਮੁੱਦੇ ਜਿਹੜੇ ਸੀਗੇ ਉਹ ਰੱਖੇ ਗਏ ਆ ਅਤੇ ਉਹ ਉਹਨਾਂ ਨੇ ਕਿਹਾ ਕਿ ਵਿਸ਼ਵਾਸ ਦਿੱਤਾ ਕਿ ਅਸੀਂ ਸਰਕਾਰ ਦੇ ਨਾਲ ਮੀਟਿੰਗ ਕਰਕੇ ਜਿਹੜਾ ਇਹਦਾ ਪੂਰਾ ਹੱਲ ਕਰ ਸੁਸ਼ੀਲ ਸਾਹਿਬ ਇੱਕ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਮੇਂ ਬਣੀ ਹੋਈ ਹੈ ਉਸਕੋ ਲੈ ਕੇ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਅਭੀ ਗਨਸ ਕੇ ਉੱਪਰ ਬੈਨ ਲਗਾ ਜੈਸਾ ਆਪ ਦੇਖ ਸਕਤੇ ਹੈ ਲਾਇਸੈਂਸ ਰਿਵਿਊ ਕੋ ਲੈ ਕੇ ਜੋ ਆਰਡਰ ਦੀ ਗਈ ਉਸੇ ਕੈਸੇ ਦੇਖਤਾ ਹੈ ਕਿ ਪੰਜਾਬ ਮੇਂ ਲਾਅ ਐਂਡ ਆਰਡਰ ਕੋ ਸਟੇਬਲ ਕਰਨੇ ਮੇਂ ਕਿਤਨਾ ਅਸਰ ਹੋ ਰਹਾ ਹੈ ਅੱਜ ਪੰਜਾਬ ਦੀ ਸਮੱਸਿਆ ਜਿਹੜੀਆਂ ਹੈਗੀਆਂ ਬਹੁਤ ਗੰਭੀਰ ਆ ਕਿਉਂਕਿ ਰੁਜ਼ਗਾਰ ਬਹੁਤ ਵੱਡੀ ਸਮੱਸਿਆ ਰੁਜ਼ਗਾਰ ਨਹੀਂ ਨੌਜਵਾਨਾਂ ਨੂੰ ਮਿਲਦੇ ਆ ਅਤੇ ਆਉਣ ਵਾਲਾ ਪਲੱਸ ਟੂ ਤੋਂ ਮਗਰੋਂ ਕੋਈ ਇੱਥੇ ਰਹਿਣ ਨੂੰ ਤਿਆਰ ਹੀ ਨਹੀਂ ਉਹ ਹੀ ਰਹਿ ਜਾਣਗੇ ਜਿਨ੍ਹਾਂ ਨੂੰ ਜਿਹੜੇ ਆਈਲੈਟਸ ਨਹੀਂ ਪਾਸ ਕਰਨਗੇ ਅਤੇ ਜਾਂ ਜਿਨ੍ਹਾਂ ਦੇ ਮਾਂ ਬਾਪ ਉਹਨਾਂ ਨੂੰ ਬਾਹਰ ਨਹੀਂ ਭੇਜ ਸਕਣਗੇ ਬਾਕੀ ਜਿਹੜੀ ਹੈਗੀ ਆ ਇਹ ਸਮੱਸਿਆ ਜਿਹੜੀ ਆ ਗੰਨ ਕਈ ਤਾਂ ਹੁਣ ਸ਼ੌਂਕ ਦੇ ਨਾਲ ਤੁਸੀਂ ਦੇਖਿਆ ਕਿ ਬਹੁਤ ਜ਼ਿਆਦਾ ਲੋਕ ਸ਼ੌਂਕ ਵਿੱਚ ਲਈ ਫਿਰਦੇ ਆ ਅਤੇ ਕੁਛ ਜਿਹੜੇ ਹੈਗੇ ਆ ਗੈਰ ਕਾਨੂੰਨੀ ਜ਼ਿਆਦਾ ਜਿਹੜੇ ਹੈਗੇ ਆ ਕੇਸ ਉਹਨਾਂ ਦੇ ਆਉਂਦੇ ਆ ਜਿਹੜੇ ਗੈਰ ਕਾਨੂੰਨੀ ਚਲੋ ਕਾਨੂੰਨੀਆਂ ਦੀ ਵੀ ਜਿਹੜੇ ਹੈਗੇ ਆ ਗਲਤ ਬੰਦੇ ਆ ਉਹਨਾਂ ਦੀ ਪੜਤਾਲ ਹੁੰਦੀ ਰਹਿਣੀ ਚਾਹੀਦੀ ਆ ਵੀ ਕੋਈ ਗਲਤ ਤਾਂ ਨਹੀਂ ਜਿਹੜਾ ਅਨਸਰ ਜਿਹੜਾ ਹੈਗਾ ਗਲਤ ਆਈਡੀਆਂ ਦੇ ਕੇ ਉਹਨਾਂ ਨੇ ਗੰਨਾਂ ਲੈ ਲਈਆਂ ਉਹ ਤਾਂ ਕਿਸੇ ਦਾ ਗਾਂ ਜਿਹੜਾ ਹੈਗਾ ਨੁਕਸਾਨ ਕਰ ਦੇਣ ਬਾਕੀ ਜਿਹੜਾ ਹੈਗਾ ਵਾ
ਜਿਹੜਾ ਅਵੈਧ ਜਿਹੜੇ ਹੈਗੇ ਆ ਗੈਰ ਕਾਨੂੰਨੀ ਹਥਿਆਰਾਂ ਉਹਨਾਂ ਨੂੰ ਜਿਹੜਾ ਹੈਗਾ ਫੜਨਾ, ਉਹਨਾਂ ਨੂੰ ਲੱਭਣਾ, ਇਹ ਬਹੁਤ ਵੱਡੀ ਸਮੱਸਿਆ ਕਿ ਕਿਹਦੇ ਕੋਲ ਆ, ਕਿੱਥੇ ਆ। ਜਿਹੜੇ ਕਾਨੂੰਨੀ ਆ ਉਹਨਾਂ ਨੂੰ ਤਾਂ ਜਾ ਕੇ ਪੁੱਛਿਆ ਜਾ ਸਕਦਾ, ਬੁਲਾਇਆ ਜਾ ਸਕਦਾ। ਬਹੁਤ ਜ਼ਿਆਦਾ ਹਥਿਆਰ ਜਿਹੜੇ ਹੈਗੇ ਆ ਗੈਰ ਕਾਨੂੰਨੀ ਆ, ਜਿਹੜੀ ਚਿੰਤਾ ਦਾ ਵਿਸ਼ਾ ਉਹਦੇ ਉੱਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ, ਸਾਡੇ ਪੁਲਿਸ ਪ੍ਰਸ਼ਾਸਨ ਨੂੰ, ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਰੋਕਿਆ ਜਾ ਸਕੇ। ਸਾਹਿਬ, ਇਹ ਜੋ ਗੈਰ ਕਾਨੂੰਨ ਹਥਿਆਰ ਜਿਸ ਆਪਣੇ ਵੱਲ, ਇਹੀ ਇੱਕ ਲੋਅ ਐਂਡ ਆਰਡਰ ਦਾ ਮੇਨ ਕਾਰਨ ਬਣ ਰਿਹਾ ਕਿ ਲੋਅ ਐਂਡ ਆਰਡਰ ਅੱਛਾ ਨਹੀਂ ਬਣ ਪਾ ਰਿਹਾ ਪੰਜਾਬ ਮੇਂ, ਲੋਅ ਐਂਡ ਆਰਡਰ ਵਿਗਾੜਨੇ ਕੇ ਲਈ ਕਹੀਂ ਨਾ ਕਹੀਂ ਯਹੀ ਜ਼ਿੰਮੇਵਾਰ ਹੈ? ਨਹੀਂ ਨਹੀਂ, ਸਾਰਾ ਕੁਛ ਇਕੱਲਾ ਹਥਿਆਰ ਨਹੀਂ ਜ਼ਿੰਮੇਵਾਰ, ਸੋਚ ਆ ਉਹਦੇ ਬਿੱਲ, ਹਥਿਆਰ ਤਾਂ ਮਗਰੋਂ ਚੱਕਿਆ ਜਾਂਦਾ, ਬਿੱਲ ਸੋਚ ਆ, ਕਿਉਂਕਿ ਜਿਹੜੀ ਹੈਗੀ ਸਾਡੀ ਸੋਚ ਬਦਲਣ ਦੀ ਲੋੜ ਆ। ਕੁਛ ਜਿਹੜੇ ਬੱਚੇ ਪੜ੍ਹਨ ਤੋਂ ਰਹਿ ਜਾਂਦੇ ਆ, ਨੌਕਰੀਆਂ ਤੋਂ ਰਹਿ ਜਾਂਦੇ ਆ, ਉਹ ਗਲਤ ਦਿਸ਼ਾ ਵਿੱਚ ਚਲੇ ਜਾਂਦੇ ਆ। ਜਦੋਂ ਗਲਤ ਦਿਸ਼ਾ ਵਿੱਚ ਚਲੇ ਜਾਂਦੇ ਆ ਤਾਂ ਹੀ ਹਥਿਆਰ ਚੱਕਦੇ ਆ, ਜਾਂ ਉਹ ਮਾੜੇ ਕੰਮਾਂ ਦੇ ਵਿੱਚ ਪੈ ਜਾਂਦੇ ਆ। ਇੱਕ ਵਾਰੀ ਅਪਰਾਧ ਕਰ ਲੈਂਦੇ ਆ, ਫਿਰ ਪੁਲਿਸ ਉਹਨਾਂ ਦੇ ਪਿੱਛੇ ਲੱਗ ਜਾਂਦੀ, ਉਹ ਵਾਰ ਵਾਰ ਉਹ ਅਪਰਾਧਾਂ ਨੂੰ ਦੁਹਰਾਉਂਦੇ ਆ, ਉਹਨਾਂ ਦੇ ਕੋਲ ਹੋਰ ਕੋਈ ਰਾਹ ਨਹੀਂ ਹੈ। ਜਿਹੜੀ ਚੀਜ਼ ਦਾ ਹੱਲ ਲੱਭਣਾ ਚਾਹੀਦਾ ਕਿ ਉਹਨਾਂ ਨੂੰ ਜਿਹੜਾ ਹੈਗਾ, ਉਹਨਾਂ ਨਾਲ ਜਿਹੜੇ ਬੱਚੇ ਭੜਕ ਗਏ ਉਹਨਾਂ ਨੂੰ ਵਿਚਾਰਧਾਰਾ ਦੇ ਅੰਦਰ ਲਿਆਂਦਾ ਜਾਵੇ, ਉਹਦਾ ਕੋਈ ਹੱਲ ਕੀਤਾ ਜਾਵੇ, ਤਾਂ ਹੀ ਹੱਲ ਆ। ਨਹੀਂ ਤਾਂ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ, ਕਿਉਂਕਿ ਆਮ ਬੰਦਾ ਜਿਹੜਾ ਹੈਗਾ ਜਦੋਂ ਇਹੋ ਜਿਹੀ ਕੋਈ ਘਟਨਾ ਹੁੰਦੀ ਹੈ ਉਹਨਾਂ ਦੇ ਉੱਤੇ ਜਿਹੜਾ ਹੈਗਾ ਮਾਨਸਿਕ ਤੌਰ 'ਤੇ ਬਹੁਤ ਵੱਡਾ ਮਾੜਾ ਅਸਰ ਪੈਂਦਾ। ਥੈਂਕ ਯੂ ਸਰ, ਚਲੀਏ ਆਗੇ ਭਾਈ।